ਸੱਚੇ ਪਾਤਸ਼ਾਹ ਗੁਰੂ ਨਾਨਕ ਦੇਵ ਜੀ ਦੇ ਪੰਜੇ ਨੂੰ ਜਾਣੀ ਚਾਹੀਦੀ ਹੈ। ਇਹ ਜਿੰਨੇ ਗੁਰੂ ਹੈ, ਜਿੰਨੇ ਗੁਰੂ ਹੈ ਭਾਈ, ਇਹ ਹਰੇਕ ਨੇ ਪੰਜਾ ਹੀ ਸੀ। ਹਰੇਕ ਗੁਰੂ ਦਾ, ਜੇ ਤੁਸੀਂ ਪਿਛਲੇ ਗੁਰੂਆਂ ਦਾ ਕਦੀ ਵੀ ਤੁਸੀਂ ਫੋਟੋਆਂ ਕੱਢ ਕੇ ਵੇਖੋ ਤੇ ਹਰੇਕ ਗੁਰੂ ਦਾ ਨਾ, ਬੜੇ ਗੁਰੂਆਂ ਦਾ, ਮਹਾਵੀਰ ਜੀ ਦਾ, ਸਾਡੇ ਗੁਰੂ ਨਾਨਕ ਸਾਹਿਬ ਦਾ, ਬੜਿਆਂ ਗੁਰੂਆਂ ਦਾ ਨਿਸ਼ਾਨ ਪੰਜਾ ਅਕਸਰ ਹੋਇਆ ਕਰਦਾ ਸੀ ਕਿ ਕਾਂਗਰਸ ਪਾਰਟੀ ਨੇ ਜੇ ਪੰਜਾ ਚੁਣਿਆ ਤਾਂ ਇਹਨਾਂ ਗੁਰੂਆਂ ਕਰਕੇ ਚੁਣਿਆ। ਮੈਂ ਅੱਜ ਉਹਨਾਂ ਗੁਰੂਆਂ ਦੇ ਪੰਜੇ ਲਈ ਵੋਟ ਮੰਗਣ ਆਈ ਹਾਂ ਤੇ ਉਸ ਕਾਂਗਰਸ ਪਾਰਟੀ ਲਈ ਵੋਟ ਮੰਗਣ ਆਈ ਹੈ ਜਿਹਨੇ ਸਾਡੇ ਦੇਸ਼ ਨੂੰ ਆਜ਼ਾਦੀ ਦਵਾਈ ਸੀ। ਰੱਬ ਹਰਦੀਪ ਸਿੰਘ ਮਹਿਰਾਜ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਸੀਂ SPD ਸਾਹਿਬ ਨੂੰ ਮਿਲ ਕੇ ਆਏ ਹਾਂ, ਉਹਨਾਂ ਨੂੰ ਅਸੀਂ ਇੱਕ ਐਪਲੀਕੇਸ਼ਨ ਦੇ ਕੇ ਆਏ ਹਾਂ ਕਿ ਜਿਹੜੇ ਸਿਆਸੀ ਲੋਕ ਨੇ ਹਰ ਇਲੈਕਸ਼ਨਾਂ ਦੇ ਵਿੱਚ ਬੜਾ ਕੁਛ ਨਾ ਇੱਧਰ ਉੱਧਰ ਕਰਦੇ ਨੇ, ਜਿਵੇਂ ਧਾਰਮਿਕ ਚਿੰਨ੍ਹਾਂ ਦੀ ਵੀ ਗੱਲ ਕਰਦੇ ਨੇ, ਧਾਰਮਿਕ ਹੋਰ ਵੀ ਗੱਲਾਂ ਕਰਦੇ ਨੇ। ਅਤੇ ਇਸੇ ਤਰ੍ਹਾਂ ਹੀ ਕੱਲ੍ਹ ਦੀ ਹੀ ਗੱਲ ਆ ਕਿ ਜਿਹੜੀ ਰਾਜੇ ਵੜਿੰਗ ਦੀ ਘਰਾਂ ਵਾਲੀ ਅੰਮ੍ਰਿਤ ਵੜਿੰਗ, ਉਹ ਇੱਥੇ ਬਠਿੰਡੇ ਦੇ ਵਿੱਚ ਬੋਲ ਕੇ ਗਈ ਆ ਕਿ ਅਸੀਂ ਜੇ ਜਿਹੜਾ ਸਾਡੇ ਕੋਲ ਚੋਣ ਨਿਸ਼ਾਨ ਆ, ਇਹ ਬਾਬੇ ਨਾਨਕ ਦਾ ਪੰਜਾ ਆ, ਦਸਾਂ ਗੁਰੂਆਂ ਦਾ ਪੰਜਾ ਆ। ਇਹ ਬਿਲਕੁਲ ਉਹਨਾਂ ਨੇ ਗਲਤ ਕੀਤਾ, ਇਹ ਨਹੀਂ ਸੀ ਕਹਿਣਾ ਚਾਹੀਦਾ। ਹਾਂ, ਉਹ ਆਪਣਾ ਪੰਜਾ ਵਰਤਣ, ਪਰ ਉਹ ਪੰਜਾ ਬੇਅੰਤ ਵਾਲਾ ਕਹਿਣ, ਉਹ ਪੰਜਾ ਇੰਦਰਾ ਗਾਂਧੀ ਵਾਲਾ ਕਹਿਣ, ਉਹ ਪੰਜਾ KP Gill ਵਾਲਾ ਕਹਿਣ, ਕਿਸੇ ਮਰਜ਼ੀ ਹੋਰ ਵਾਲਾ ਕਹਿਣ, ਆਪਦੇ ਕਿਸੇ ਸਾਨੂੰ ਕੋਈ ਇਤਰਾਜ਼ ਨਹੀਂ। ਪਰ ਜਿਹੜਾ ਉਹਨੇ ਦਸਾਂ ਗੁਰੂਆਂ ਦੀ ਗੱਲ ਕੀਤੀ ਆ ਵੀ ਦਸਾਂ ਗੁਰੂਆਂ ਦਾ ਇਹੀ ਪੰਜਾ ਸਾਡੇ ਕੋਲ ਆ, ਇਸੇ ਤਰ੍ਹਾਂ ਹੀ ਪਹਿਲੋਂ ਬੀਬੀ ਹਰਸਿਮਰਤ ਕੌਰ ਵੀ ਵੋਟਾਂ 'ਚ ਕਰਦੀ ਹੁੰਦੀ ਸੀ, ਸਾਡੇ ਕੋਲ ਤੱਕੜੀ ਬਾਬੇ ਨਾਨਕ ਦੀ ਤੱਕੜੀ ਆ। ਜਦੋਂ ਲੋਕਾਂ ਨੇ ਜਵਾਬ ਦਿੱਤਾ ਕਿ ਇਹਦੇ ਚਿੱਟਾ ਤੋਲਦੀ ਹੈ, ਭੁੱਕੀ ਤੋਲਦੀ ਹੈ, ਤਾਂ ਫਿਰ ਉਹ ਹਟੇ ਸੀ, ਨਹੀਂ ਤਾਂ ਉਹ ਹਟਦੇ ਨਹੀਂ ਸੀ। ਅਤੇ ਇਹਨਾਂ ਲੋਕਾਂ ਨੂੰ ਨੱਥ ਪੈਣੀ ਚਾਹੀਦੀ ਆ, ਇਹਨਾਂ 'ਤੇ ਜੋ ਬਣਦੀ ਕਾਰਵਾਈ ਅਸੀਂ ਸਭ ਨੂੰ ਕਹਿ ਕੇ ਆਏ ਹਾਂ ਕਿ ਜੋ ਵੀ ਇਹਨਾਂ 'ਤੇ ਬਣਦੀ ਕਾਰਵਾਈ ਆ ਉਹ ਹੋਣੀ ਚਾਹੀਦੀ ਆ। ਅਤੇ ਅੱਗੇ ਤੋਂ ਅਸੀਂ ਇਹ ਜਿਹੜੇ ਲੋਕ ਨੇ ਇਹੋ ਜਿਹੀ ਕੋਈ ਵੀ ਹਰਕਤ ਨਾ ਕਰਨ ਜਿਹਦੇ ਨਾਲ ਸਮਾਜ ਦੇ ਵਿੱਚ ਪ੍ਰਗਾੜ ਪੈਦਾ ਹੁੰਦੀ ਹੋਵੇ। ਬਾਬਾ ਜੀ, ਉਹਨੇ ਕੱਲ੍ਹ ਮਾਫ਼ੀ ਮੰਗ ਲਈ ਅੱਜ ਇਸ ਗੱਲ ਦੇ ਉੱਤੇ ਕਿ ਵੀ ਮੈਨੂੰ ਗਲਤੀ ਨਾਲ ਕਿਹਾ ਗਿਆ, ਮੈਂ ਇਸ ਗੱਲ ਦੀ ਸ਼ਮਾ ਜਿਹੜੀ ਮੰਗਦੀ ਹਾਂ। ਤੇ ਮਾਫ਼ੀ ਤਾਂ ਇਹਦਾ ਮਤਲਬ ਆ ਵੀ ਸਾਰੇ ਪਿੰਡ ਨੂੰ ਗਾਲਾਂ ਦੇ ਲਓ ਅਤੇ ਮੁੜ ਕੇ ਮਾਫ਼ੀ ਮੰਗ ਲਓ ਵੀ ਮੇਰੇ ਤੋਂ ਗਲਤੀ ਹੋ ਗਈ ਆ। ਇਹ ਇਸ ਤਰ੍ਹਾਂ ਸਿੱਖ ਧਰਮ ਦੇ ਵਿੱਚ ਇਸ ਤਰ੍ਹਾਂ ਮਾਫ਼ੀ ਜਿਹੜੀ ਉਹ ਮਨਜ਼ੂਰ ਨਹੀਂ ਕੀਤੀ ਜਾਂਦੀ। ਜੇ ਉਹਨੇ ਮਾਫ਼ੀ ਮੰਗਣੀ ਆ ਉਹ ਕੱਲ੍ਹ ਤਖ਼ਤ ਸਾਹਿਬ 'ਤੇ ਜਾਵੇ, ਤਖ਼ਤ ਸ੍ਰੀ ਦਮਦਮਾ ਸਾਹਿਬ ਜਾਵੇ। ਅਸੀਂ ਨਹੀਂ ਆਉਂਦੇ ਵੀ ਉਹ ਸਾਡੇ ਕੋਲੋਂ ਮਾਫ਼ੀ ਮੰਗੇ ਜਾਂ ਕਿਤੋਂ ਮੰਗੇ, ਉਹ ਸ੍ਰੀ ਅਕਾਲ ਤਖ਼ਤ ਸਾਹਿਬ 'ਤੇ ਜਾ ਕੇ ਲਿਖਤੀ ਤੌਰ 'ਤੇ ਮਾਫ਼ੀ ਦਿੱਤੀ ਜਾਂਦੀ ਆ। ਪਹਿਲਾਂ ਤਾਂ ਆਪਣੀ ਜਿਹੜੀ ਗਲਤੀ ਆ ਉਹ ਕਬੂਲ ਕਰੇ ਜਾ ਕੇ ਉੱਥੇ ਲਿਖਤੀ ਤੌਰ 'ਤੇ, ਫਿਰ ਜਿਹੜੀ ਸੇਵਾ ਲੱਗੂਗੀ ਉਹ ਉਹਨੂੰ ਸੇਵਾ ਕਰਨੀ ਪਊਗੀ, ਅਤੇ ਫਿਰ ਜਾ ਕੇ ਉਹਨੂੰ ਕੋਈ ਵੀ ਸੇਵਾ ਲਾਵੇ ਅਕਾਲ ਤਖ਼ਤ ਸਾਹਿਬ, ਸਜ਼ਾ ਲਾਵੇ, ਸੇਵਾ ਲਾਵੇ, ਕੁਛ ਵੀ ਆ, ਉੱਥੇ ਜਾ ਕੇ ਨਿਬੇੜਾ ਹੋਣਾ। ਉਹਨੇ ਕੋਈ ਵੀ ਆਪਣੀ ਗਲਤੀ ਮੰਨਣੀ ਆ ਲਿਖਤੀ ਤੌਰ 'ਤੇ ਅਕਾਲ ਤਖ਼ਤ ਸਾਹਿਬ 'ਤੇ, ਪਹਿਲਾਂ ਉਹ ਜਾ ਕੇ ਪੇਸ਼ ਹੋ ਕੇ ਆਪਦੀ ਜਿਹੜੀ ਆ ਉਹ ਰਿਕੁਐਸਟ ਕਰੇ, ਬੇਨਤੀ ਕਰੇ, ਉਦੋਂ ਬਾਅਦ ਜਹੇਦਾਰ ਜਿਹੜੇ 5 ਜਹੇਦਾਰ ਆ ਮੀਟਿੰਗ ਕਰਕੇ ਉਹ ਸੋਚਣਗੇ ਵੀ ਇਹਨੂੰ ਮਾਫ਼ੀ ਦੇਣੀ ਆ ਜਾਂ ਨਹੀਂ ਦੇਣੀ। ਵੈਸੇ ਇਹ ਗਲਤੀਆਂ ਜਿਹੜੀਆਂ ਕਰਦੇ, ਮੇਰਾ ਖਿਆਲ ਜੇ ਅਸੀਂ ਵਾਰ ਵਾਰ ਮਾਫ਼ ਕਰਦੇ ਹਾਂ ਤਾਂ ਹੀ ਇਹ ਜ਼ਿਆਦਾ ਉੱਥੋਂ ਦੀ ਚੜ੍ਹਦੇ ਆਉਂਦੇ।